Hello everyone, here is your Reet Kaur and welcome back to your favorite channel and money job. So friends, आज मैं short video लेके आई हूँ. कुछ vacancies आई हैं यानी clerk दी हैं, 32 number of vacancies ने. ओवरले candidates के वास्ते मैं दास कहीं कितने जाके तुसी form fill कर सकते हो. So total जड़ी यानी 32 number of vacancies ने. Ad hoc basis से है गया और for the period of 6 months उस तो बाद जो है regular होने दे भी जड़ी ये द chances है गया. So इस तो बिना दास ने कि total जड़ी हैं 32 posts ने जिधे वैसे जड़ी हैं देख सकते category wise journal categories जड़ी हैं वो 13 number of वैकेंसीज ने. इस तरीके ने ईडब्ल्यूएस की जनरल कैटेगरी 3 वैकेंसीज ने, एससी दी 8 ने, बीसी दी 1 है, पीएचसी दी 1 है, ईएसएम जनरल कैटेगरी 3 वैकेंसीज ने. इस तरीके ने ईएसएम एससी दी 1 है, ईएसएम बीसी दी भी 1 है. स्पोर्ट्समैन जनरल ਦੇ ਵਿੱਚ ਇੱਕ ਕੈਂਡੀਡੇਟ ਜਿਹੜਾ ਉਹ ਸਿਲੈਕਟ ਹੋ ਸਕਦਾ ਹੈ. ਇਹਦੀ ਕੁਆਲੀਫਿਕੇਸ਼ਨ ਜਿੰਨਾ ਵੀ ਕੈਂਡੀਡੇਟਸ ਨੇ ਬੀਏ ਕੀਤੀ ਹੋਈ ਹੈ, ਮਤਲਬ ਬੈਚਲਰ ਆਫ ਆਰਟਸ ਕੀਤੀ ਹੈ ਜਾਂ ਫਿਰ ਬੈਚਲਰ ਆਫ ਸਾਇੰਸ ਕੀਤੀ, ਉਹ ਵਾਲੇ ਕੈਂਡੀਡੇਟਸ ਇਸ ਵਾਸਤੇ ਅਪੀਅਰ ਕਰ ਸਕਦੇ ਆ. ਪਲੱਸ ਉਹਨਾਂ ਨੇ 10th ਵਿੱਚ ਪੰਜਾਬੀ ਪਾਸ ਕੀਤੀ ਹੋਵੇ. ਏਜ ਜਿਹੜੀ ਲਿਮਿਟ ਹੈ 18 ਟੂ 37 ਇਅਰਸ ਆਫ ਏਜ ਹੈਗੀ ਹੈ. ਜਿਹੜੀ ਰਿਜ਼ਰਵ ਕੈਟੇਗਰੀਜ਼ ਆ ਉਹਨਾਂ ਵਾਸਤੇ ਏਜ ਲਿਮਿਟ ਜ਼ਿਆਦਾ ਹੈ. ਸੋ ਦੀ ਸਿਲੈਕਸ਼ਨ ਜਿਹੜੀ ਆ ਉਹ ਤੁਹਾਡੀ ਇੰਟਰਵਿਊ ਹੋਏਗੀ. ਇੰਟਰਵਿਊ ਤਾਂ ਦੱਸ ਦਿੰਦੇ ਕਿ ਜਿਸ ਤਰੀਕੇ ਦੇ ਨਾਲ ਦੱਸ ਰਹੇ ਕਿ ਜਿਹੜੀ 10 ਵਜੇ ਇੰਟਰਵਿਊ ਹੋਏਗੀ. ਏ ਟੂ ਜੀ ਕੈਂਡੀਡੇਟਸ, ਮਤਲਬ ਜਿਨ੍ਹਾਂ ਦਾ ਨਾਮ ਏ ਤੋਂ ਲੈ ਕੇ ਜੀ ਦੇ ਵਿੱਚ ਸ਼ੁਰੂ ਹੁੰਦਾ ਹੈ ਉਹਨਾਂ ਦੀ 18 ਤਰੀਕ ਨੂੰ, ਜਿਨ੍ਹਾਂ ਦਾ ਨਾਮ ਐਚ ਤੋਂ ਐਂਡ 'ਚ ਸ਼ੁਰੂ ਹੁੰਦਾ ਉਹਨਾਂ ਦੀ 9 ਨੂੰ, ਜਿਨ੍ਹਾਂ ਦਾ ਓ ਤੋਂ ਆਰ ਤੱਕ ਉਹਨਾਂ ਦੇ 10 ਨੂੰ. ਇਸੇ ਤਰੀਕੇ ਜਿਹਦੇ ਐਸ ਤੋਂ ਲੈ ਕੇ ਜ਼ੈਡ ਤੱਕ ਨਾਮ ਸ਼ੁਰੂ ਹੁੰਦੇ ਇਹਨਾਂ ਵਰਡਸ, ਉਹਨਾਂ ਦੀ 11 ਤਰੀਕ ਨੂੰ ਇੰਟਰਵਿਊ ਹੋਏਗੀ. ਇਹਦਾ ਜਿਹੜਾ ਫੋਰਮ ਆ ਇਹ ਮੈਂ ਪਰਫੋਰਮਾ ਤੁਹਾਡੇ ਨਾਲ ਸ਼ੇਅਰ ਕਰ ਰਹੀ. ਉਸ ਪਰਫੋਰਮੇ ਦੇ ਅਕੋਰਡਿੰਗ ਤੁਸੀਂ ਆਪਣਾ ਫੋਰਮ ਫਿਲ ਕਰਨਾ ਹੈ, ਨਾਲ ਤੁਸੀਂ ਆਪਣੀ ਕੈਟੇਗਰੀ ਦੱਸਣੀ, ਆਪਣੀ ਜਿਹੜੀ ਕੁਆਲੀਫਿਕੇਸ਼ਨ ਹੈ ਉਹਦੀਆਂ ਕਾਪੀਜ਼ ਲਾਉਣੀਆਂ, ਪਲੱਸ 2 ਫੋਟੋ ਅਟੈਸਟਡ ਜਿਹੜੀਆਂ ਉਹ ਲਗਾਉਣੀਆਂ. ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਵੀ ਦੇਖ ਸਕਦੇ, ਉਹਦੇ ਉੱਪਰ ਜਾ ਕੇ ਵੀ ਤੁਹਾਨੂੰ ਜਿਹੜੀ ਪ੍ਰੋਪਰ ਇਨਫੋਰਮੇਸ਼ਨ ਜਿਹੜੀ ਉਹ ਮਿਲ ਜਾਏਗੀ. ਸੋ ਪਰਫੋਰਮਾ ਤੁਹਾਡੇ ਸਾਹਮਣੇ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ. ਇਸ ਤਰੀਕੇ ਦਾ ਤੁਸੀਂ ਪਰਫੋਰਮਾ ਫਿਲ ਕਰਨਾ ਹੈ, ਨਾਲ ਹੀ ਤੁਸੀਂ ਆਪਣੀ ਪਾਸਪੋਰਟ ਸਾਈਜ਼ ਅਟੈਸਟਡ ਫੋਟੋ ਵੀ ਲਗਾਉਣੀ ਹੈ. ਸੋ ਸਾਹਮਣੇ ਤੁਹਾਡੇ ਜਿਹੜੇ ਦਿਖ ਰਹੇ ਆ. ਸੋ ਲਾਸਟ ਡੇਟ ਫਰੈਂਡਸ ਇਹਨੂੰ ਫੋਰਮ ਫਿਲ ਕਰਨ ਜਿਹੜੀ ਉਹ 24 ਹੈ, 24 ਨਵੰਬਰ ਜਿਹੜੀ ਇਹਦੀ ਲਾਸਟ ਡੇਟ ਹੋਏਗੀ. ਇਸ ਤੋਂ ਬਿਨਾਂ ਸ਼ਾਮ ਦੇ 5 ਵਜੇ ਤੱਕ ਇਸ ਤੋਂ ਲੇਟ ਜੇਕਰ ਕਰੋਗੇ ਤਾਂ ਉਹ ਫੋਰਮ ਰਿਜੈਕਟ ਹੋ ਜਾਣਗੇ. ਸੋ ਫਰੈਂਡਸ, ਦਿਸ ਵਾਸ ਆਲ ਅਬਾਊਟ ਟੂਡੇਜ਼ ਵੀਡੀਓ. ਇੰਟਰਵਿਊ ਹੀ ਸਿਰਫ ਇਹਦੀ ਹੋਣੀ ਹੈ. ਇਸ ਤੋਂ ਬਿਨਾਂ ਕੋਈ ਹੋਰ ਇਨਫੋਰਮੇਸ਼ਨ ਚਾਹੀਦੀ ਹੈ, ਯੂ ਕੈਨ ਆਸਕ ਮੀ ਇਨ ਦਾ ਕਮੈਂਟ ਬਾਕਸ. ਇਸੇ ਤਰੀਕੇ ਦੀ ਹੋਰ ਇਨਫੋਰਮੇਸ਼ਨ ਲੈਣ ਲਈ ਤਾਂ ਗੌਰਮੈਂਟ ਜੋਬ ਇਨ ਪੰਜਾਬ ਲੈਣ ਵਾਸਤੇ ਯੂ ਕੈਨ ਸਟੇ ਟਿਊਨ ਵਿਦ ਯੋਰ ਰੀਤ ਕੌਰ ਔਨ ਯੋਰ ਫੇਵਰੇਟ ਚੈਨਲ ਅਰਨ ਮਨੀ ਜੋਬ. ਟਿਲ ਦੈਨ ਟੇਕ ਕੇਅਰ, ਬਾਏ ਬਾਏ.